ਇਹ ਸਾਡੇ ਪਈ ਹੋਈ ਵਾਸ਼ਿੰਗ ਮਸ਼ੀਨ ਤੇ ਇਧਰ ਚ ਆਪਾਂ ਕੱਪੜੇ ਧੋਈਦੇ ਆ ਤੇ ਕਿਉਂ ਵਾਸ਼ਿੰਗ ਮਸ਼ੀਨ ਚ ਭਾਂਡੇ ਮਾਂਜੀਦੇ ਹੋਰ ਇੱਧਰ ਆਪਾਂ ਕੱਪੜੇ ਧੋਈਦੇ ਆ ਜਿਸ ਚੀਜ਼ ਦੇ ਸਾਰੇ ਨੂੰ ਵੇਟ ਸੀ ਅੱਜ ਉਹ ਆਪਾਂ ਚੀਜ਼ ਲੈ ਕੇ ਆ ਰਹੇ ਆ ਉਹ ਚੀਜ਼ ਹੈਗੀ ਆ ਸਾਡਾ ਛੋਟਾ ਜਿਹਾ ਆਸ਼ਿਆਨਾ ਮਹਿਲ जो मर्जी कह लो घर कह लो कुली कह लो महल कह लो को चीज है ते की हाल चाल ने सारे दे ठीक ठाक हो कैंट हो सारे जने स्वागत बार गर्मी है ना अंदर एसी चल रहा है जैबू भुख लग गई तेन हूं एंड मौके दे कोई भुख नहीं लगी ड्रामा कर दी पे चलो चलो बड़ा कैमरा करके दिखा दिए जाली वाला भी लगा बाहर चलो सैम घरे नहीं होंगे उदो मैं दोने लाती होंगी उधर ही तो साढ़े एक ही लग जाए आ चलो शुरू हो गया करें तो सारे क्योंकि थोड़ा सारे नहीं पता है कि आप पेंट तो पाए हो या सानू ਜਿੱਦਾਂ ਨਾ ਰੂਮ ਚ ਵੜਨ ਦੀ ਆਦਤ ਨਹੀਂ ਹੈਗੀ ਸਾਡੇ ਦੋਨੇ ਰੂਮ ਜਦੋਂ ਵੀ ਆਇਆ ਹੋਇਆ ਸਾਫ ਸੁਥਰੇ ਹੁੰਦੇ ਆਪਾਂ ਸਾਰਾ ਬੈਠੇ ਦਾ ਉੱਠੀ ਦਾ ਲੌਬੀ ਚ ਹੀ ਆ ਕਿਉਂਕਿ ਸਾਨੂੰ ਇੱਥੇ ਵਧੀਆ ਲੱਗਦਾ ਜਿੱਦਾਂ ਬਹਿਣਾ ਖੁੱਲਾ ਡੁੱਲਾ ਆ ਉਹ ਹੈ ਡੋਰ ਵੀ ਓਪਨ ਕਰ ਲਈਦਾ ਸਾਰਾ ਕੁਛ ਬਾਹਰੋਂ ਦੀਦਾ ਆ ਅੰਦਰ ਅੰਦਰ ਨਾ ਜਿੱਦਾਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਆ ਜੀ ਕਰਦਾ ਮਤਲਬ ਕਿੱਥੇ ਆ ਗਏ ਆ ਕਿੱਥੇ ਫਸ ਗਏ ਆ ਸਮਝ ਸਕਦੇ ਆ चलो मैं दिखावा अंदर दिखाओ एक एक चीज करके चलो आज सब तो पहला था आई पैटर्न ही है तो मंजे आ ते अपा फिलिंग चक ले पूरी पिंड वाली क्योंकि मंजिया तो सोचता हूं गर्मिया च भी हूं भी गर्मिया बहुत आ इस करके मंजे आ ते अपा लाए हुए आ दो बैटल सॉरी मंजे आ ते ओदे उत्ते लाए हुए गद्दे हां जी ओदे उत्ते लाए गद्दे ए साडा इत्थे रहंदा हमेशा ले इत्थे अपा सोफा सेट वगैरह नहीं लाया होया फिल्म ला के देख ली दी ਇਧਰ ਆਪਣੀ ਚੇਅਰ ਪਈ ਹੋਈ ਆ ਤੇ ਇਹ ਬਾਹਰ ਦਾ ਦਰਵਾਜ਼ਾ ਜਾਣ ਨੂੰ ਤੈਨੂੰ ਬਾਅਦ ਚ ਦਿਖਾਉਂਦੇ ਆ ਨਾ ਤੇ ਪਹਿਲਾਂ ਅੰਦਰੋਂ ਦਿਖਾ ਦਈਏ ਹਾਂਜੀ ਸਾਡਾ ਤੇ ਆ ਸਾਡਾ ਨਾ ਇੱਕ ਆਪਾਂ ਪਰਦਾ ਲੋਣਾ ਸੀ ਇੱਥੇ ਆਪਾਂ ਤਾਂ ਕਰਕੇ ਵੀ ਕਿੰਨੇ ਦਿਨ ਹੋ ਗਏ ਸੀ ਆਪਾਂ ਚਾ ਤਿੰਨ ਚਾਰ ਦਿਨ ਵੀ ਹੋ ਗਏ ਸੀ ਲੋਣਾ ਕੋਈ ਆਉਂਦਾ ਹੀ ਨਹੀਂ ਪਿਆ ਕਿਉਂਕਿ ਜਸਟ ਇੱਕ ਅਕੇਲੀ ਉਹ ਘਰ ਨਹੀਂ ਕੋਈ ਆਉਂਦਾ ਹੀ ਨਹੀਂ ਪਿਆ ਨਿੱਕੇ ਜੇ ਕੰਮ ਵਾਸਤੇ ਤੇ ਸਾਡੇ ਕੋਲ ਮਸ਼ੀਨ ਹੈ ਨਹੀਂ ਉਹ ਇਸ ਕਰਕੇ ਸਾਰਾ ਕੁਛ ਨਾ ਸਮਾਨ ਰੱਖਿਆ ਹੋਇਆ ਆਪਣਾ ਜਿੰਨੇ ਵੀ ਗੱਤੇ ਵਗੈਰਾ ਆ ਕਿਉਂਕਿ ਇਹ ਸੈੱਟ ਵੀ ਨਹੀਂ ਸਕਦੇ ਨਾ ਗਰੰਟੀ ਚ ਸਾਰਾ ਕੁਛ ਤਾਂ ਕਰਕੇ ਪੀਸੀ ਦੇ ਗੱਤੇ ਪਏ ਹੋਏ ਮਸ਼ੀਨ ਦਾ ਗੱਤਾ ਆ ਫਰਿੱਜ ਪਈ ਹੋਈ ਆ ਗੱਤਾ ਤੇ ਇਨਵਰਟਰ ਦਾ ਗੱਤਾ ਜਿਹੜੇ ਛੋਟੇ ਮੋਟੇ ਗੱਤੇ ਪਏ ਹੋਏ ਆ ਬਸ ਇੱਥੇ ਆਪਣਾ ਇਨਵਰਟਰ ਆ ਗਿਆ ਤੇ ਉਸ ਤੋਂ ਬਾਅਦ ਇਹ ਪਹਿਲਾ ਗੇਟ ਆ ਦੂਜਾ ਗੇਟ ਆ ਪਹਿਲਾ ਗੇਟ ਤੇ ਦਰਵਾਜ਼ਾ ਅੱਛਾ ਪਹਿਲਾ ਦਰਵਾਜ਼ਾ ਹਾਂ ਰੂਮ ਦਾ ਖਾਤੇ ਦਾ ਫੇ ਸਾਰਾ ਪਹਿਲਾ ਆਹ ਲੌਬੀ ਕਵਰ ਪਹਿਲਾ ਲੌਬੀ ਕਵਰ ਕਰੋ ਸਾਰੇ ਚਲੋ ਪਹਿਲਾ ਲੌਬੀ ਕਵਰ ਕਰਦੇ ਆ ਇੱਥੇ ਪਿਆ ਸਾਡਾ ਜੈਮੂ ਦਾ ਕਿਊਟੀ ਪਾਈ ਦਾ ਬੂਮ ਬੋਕਰ ਤੇ ਆ ਸਾਡੇ ਕੱਪੜੇ ਪਏ ਹੋਏ ਆ ਜਿਹਦੇ ਆਪਾਂ ਘਰੇ ਪਾਈਏ ਟੋਕਰੀਆਂ ਤੇ ਸਾਡੀ ਹਮੇਸ਼ਾ ਤੋਂ ਜਿੱਤੇ ਆਪਾਂ ਵੀਡੀਓਸ ਬਣਾਈ ਤੇ ਇਸ ਤੋਂ ਇਲਾਵਾ ਆਪਾਂ ਜੀ ਨਹੀਂ ਸਕਦੇ ਸਾਡੇ ਲਈ ਬਹੁਤ ਲੱਕੀ ਹੈ ਤੇ ਸਾਡੇ ਲਈ ਬਹੁਤ ਲੱਕੀ ਹੈ ਆਪਾਂ ਕਦੀ ਵੀ ਨਹੀਂ ਵੇਚਣੀ ਕਦੀ ਵੀ ਨਹੀਂ ਵੇਚਣੀ ਲਾਈਫ 'ਚ ਕਿਉਂਕਿ ਇਸ ਤੋਂ ਹੀ ਆਪਾਂ ਸ਼ੁਰੂਆਤ ਕੀਤੀ ਸੀ ਇਸ ਸ਼ੀਸ਼ੇ ਤੋਂ ਹਣਾ ਸਾਹਿਬ ਇਸ ਕਰਕੇ ਆਪਾਂ ਇਹ ਅਲਮਾਰੀ ਆਪਣੇ ਕੋ ਇਹਦੇ ਵਿੱਚ ਕੁਝ ਨਹੀਂ ਪਿਆ ਖਾਲੀ ਪਈ ਹੋਈ ਹੈ ਬਿਲਕੁਲ ਬਸ ਉਹ ਸ਼ੀਸ਼ੇ ਕਰਕੇ ਲਿਆਂਦੀ ਹੋਈ ਆ ਸਹੀ ਗੱਲ ਆ ਤੇ ਹੋਰ ਇਹ ਹੈਗਾ ਆਪਣਾ ਰਿੰਗ ਲਾਈਟ ਤੇ ਆਪ ਹੀ ਹੋਇਆ ਆਪਣਾ ਘਰ ਦਾ ਆਟਾ
खराब नहीं हो मशीन ठीक है ਲੀਕ ਕਰਦਾ ਰਹਿੰਦਾ ਕਰਦਾ ਇਹਨੂੰ ਸਾਫ ਕਰਨ ਨੂੰ ਤੇ ਉਸ ਤੋਂ ਬਾਅਦ ਆ ਕੇ ਸਾਡੀ ਪਿਆਰੀ ਜੀ ਕਿਚਨ ਤੇ ਆਪਾਂ ਅੱਜ ਬਣਾਏ ਸੀ ਰਾਜਮਾ ਚਾਵਲ ਸਾਰੇ ਜਣੇ ਆ ਕੇ ਖਾ ਲਓ ਤੁਸੀਂ ਖਾ ਤਾਂ ਸਕਦੇ ਨਹੀਂ ਸੀ ਤੁਸੀਂ ਸਾਰੇ ਜਣੇ ਆ ਕੇ ਖਾ ਲਓ ਪਰ ਤੁਸੀਂ ਖਾ ਸਕਦੇ ਵੀ ਨਹੀਂ ਆ ਵਾਹ ਯਾਰ ਅੱਜ ਮੈਂ ਕਿੰਨਾ ਸੋਹਣਾ ਬੋਲ ਰਹੀ ਵੇ ਕੀ ਬੋਲ ਰਹੀ ਹੁੰਦੀ ਆ ਪੁੱਠਾ ਸਿੱਧਾ ਹੈ ਪੁੱਠਾ ਸਿੱਧਾ ਸਭ ਕੁਛ ਮੈਂ ਠੀਕ ਵੀ ਹੁੰਦੀ ਨਹੀਂ ਆ ਨਹੀਂ ਠੀਕ ਹੈ ਮੇਰਾ ਕੁਛ ਨਹੀਂ ਚੱਲਦਾ ਇਹ ਆ ਗਿਆ ਆਪਣਾ ਗੈਸ ਤੇ ਇੱਧਰ ਪਿਆ ਆਪਣਾ ਚੁੱਲ੍ਹਾ ਸਿਲੰਡਰ ਚੁੱਲ੍ਹਾ ਸਿਲੰਡਰ ਇੱਧਰ ਪਿਆ ਹੋਇਆ ਆਪਣਾ ਇਹ ਸਾਡੇ ਭਾਂਡੇ ਸਾਰੇ ਤਾਂ ਅੱਜ ਮੈਂ ਰਾਜਮਾ ਬਣਾਏ ਸੀ ਇਹਦੇ ਵਿੱਚ ਰਾਜਮਾ ਪਏ ਆ ਤੇ ਆਪਣਾ ਟਿਫਨ ਬਾਕਸ ਛੋਟਾ ਮੋਟਾ ਸਮਾਨ ਜੋ ਵੀ ਜੈਵਿਕਾ ਦੁੱਧ ਵਾਲਾ ਇਹ ਚ ਵੀ ਸਮਾਨ ਪਿਆ ਇਹ ਚ ਵੀ ਸਮਾਨ ਪਿਆ ਆਪਣਾ ਇਹ ਸਾਡੇ ਪਈ ਹੋਈ ਵਾਸ਼ਿੰਗ ਮਸ਼ੀਨ बालकनी दिखाओ रूम बाद दिखाओ ਬਾਹਰਲੀ ਲਾਈਟ ਜਗਾ ਲਓ ਪਹਿਲਾਂ ਮੈਂ ਜਗਾਉਂਦਾ ਅੱਛਾ ਇੱਥੋਂ ਜਾ ਕੇ ਨਹੀਂ ਪਤਾ ਨਹੀਂ ਪਤਾ ਸੀ ਇਹ ਇੱਥੇ ਚਿੰਬੜ ਜਾਂਦਾ ਇੱਦਾਂ ਮੈਗਨੇਟ ਲੱਗਾ ਹੋਇਆ ਨਾ ਇਧਰ ਇੰਨਾ ਕੀ ਆ ਬਸ ਇੱਥੇ ਆ ਬਾਲਕਨੀ ਦੇ ਵਿੱਚ ਮਾੜਾ ਮੋਟਾ ਬੈਸ ਸਮਾਨ ਪਿਆ ਹੋਇਆ ਸਾਰਾ ਲੋਕ ਦਿਖਾ ਦਵਾਂ ਮੈਂ ਬੈਡ ਲੱਗਾ ਹੋਇਆ ਆ ਇੱਧਰ ਆਪਣਾ ਹੈਗਾ ਆ ਕੂਲਰ ਇੱਥੇ ਸਾਡੀ ਉਹ ਜਿਹੜਾ ਸੈਮ ਵਰਕਰ ਦੇ ਆਪਣਾ ਚੇਅਰ ਪਈ ਹੋਈ ਆ ਪੀਸੀ ਵਾਲੀ ਸਪੈਸ਼ਲ ਇਹ ਆਪਾਂ ਕਮਰੇ ਚ ਰੱਖੀ ਹੋਈ ਆ ਤੇ ਇਹ ਸਾਡਾ ਕਮਰਾ ਹੈ ਚਾਜਣਾ ਸੋਹਣਾ ਸੋਹਣਾ ਇਹ ਸਾਡੀਆਂ ਅਲਮਾਰੀਆਂ ਤੇ ਆ ਸਾਡੀਆਂ ਵੇਚਣ ਵਾਲੀਆਂ ਆਈਟਮਾਂ ਪਈਆਂ ਹੋਈਆਂ ਜੇ ਕਿਸੇ ਨੇ ਲੈਣਾ ਹੋਇਆ ਤਾਂ ਦੱਸਿਓ ਜ਼ਰੂਰ ਆ ਵੇਚਣ ਵਾਲੀ ਆਈਟਮਾਂ ਆਈਪੈਡ ਆ ਮੇਰੇ ਖਿਆਲ ਨਾਲ 10th ਜਨਰੇਸ਼ਨ 9th ਜਨਰੇਸ਼ਨ ਹੈ 9th ਜਨਰੇਸ਼ਨ ਹੈ 9th ਆ ਔਰ 11 ਪ੍ਰੋ ਮੈਕਸ ਫੋਨ ਆ ਹਾਂ ਉਹ ਵੀ ਬਹੁਤ ਵਧੀਆ ਸਾਰਾ ਕੁਝ ਅਵੇਲੇਬਲ ਹੈ ਇਹਨਾਂ ਦਾ ਹਾਂਜੀ ਬਿੱਲ ਚਾਰਜਰ ਹੈ ਵੀ ਸਿੰਗ ਬਿੱਲ ਵੀ ਹੈਗਾ ਨਾ ਚਾਰਜਰ ਵਗੈਰਾ ਵੀ ਹੈਗੇ ਹੂੰ ਫੇ ਆ ਹੈ ਤਾਂ ਸਾਡਾ ਸੋਹਣਾ ਜਿਹਾ ਸ਼ੀਸ਼ਾ ਜਿੱਥੇ ਮੈਂ ਤਾਂ ਜਾਵੂ ਨੱਚਦੇ ਟੱਪਦੇ ਰਹਿੰਦੇ ਆ ਓਏ ਬੱਲੀਏ ਟੱਪਦੇ ਨੱਚਦੇ ਰਹਿੰਦੇ ਆ ਓਏ ਬੱਲੀਏ ਓਏ ਬੱਲੀਏ ਓਏ ਬੱਲੀਏ ਆ ਸਾਡਾ ਸ਼ੀਸ਼ਾ ਦੇ ਵਿੱਚ ਸਮਾਨ ਰੱਖੀ ਤੇ ਜਸਟ ਉਹ ਜੈਬੂ ਤੇ ਆ ਜੈਬੂ ਦਾ ਸਮਾਨ ਹੁੰਦਾ ਇਹ ਚ ਜੈਬੂ ਦਾ ਸਮਾਨ ਇਹਦੇ ਦੇ ਵਿੱਚ ਥੱਲੇ ਪਏ ਹੁੰਦੇ ਜੈਬੂ ਦੇ ਡੈਪਰਸ ਵਗੈਰਾ ਇੱਧਰ ਆਪਣੀਆਂ ਸਾਰੀਆਂ ਆ ਗਈਆਂ
अपना अलमारी दे बाद च दस्सियो बाथरूम आप इधर दिखा दा ना ज्यादा नहीं दिखाना इधर आप यूज नहीं करीदा ता करके बिल्कुल ठीक ठाक है अपने कपड़े धोने वाले पे इधर इधर दिखा दे और कपड़े पे हो पोचे वाला समान पिया हो बाकी सारा समान पिया हो इधर वॉशिंग मशीन पई हुई है इधर भी कपड़े सुखने पा सकते हैं इधर कपड़े सुखने पा सकते हैं इधर ज्यादा कुछ नहीं है इधर कुछ मशीन है वॉशिंग मशीन वगैरह सब कुछ बस और कुछ नहीं है और कुछ नहीं है वो तो गई थी मेन कैंटी कैंटी पानी की टंकी भर गई है कृपया मोटर बंद करिए ये रिया साडा प्यारा जा रूम जिथे आप कभी बड़े हुए जिथे आप ज्यादा बढ़ते हुए आए हैं ये तुम्हें बाहरों दिखाना चाहते ना कूलर पिया खाना वगैरा खिलाई जाना जैविका थोड़ा मोटा समान पिया हो वाला समान एसी का गत्ता वगैरा ए भी आप सारा समान उधर ही शिफ्ट कर देना पहला ना उठे जिदा बार से ਉੱਥੇ ਜਦੋਂ ਪਹਿਲੇ ਜਗ੍ਹਾ ਨਹੀਂ ਹੈਗੀ ਸੀ ਹੁਣ ਮੈਂ ਜਗ੍ਹਾ ਬਣਾਈ ਹੋਈ ਹੈ ਨਾ ਸਮ ਨਾ ਸਾਰਾ ਬਾਹਰ ਲੈ ਜਾਣਾ ਆ ਹੈਗਾ ਵਾਸ਼ਰੂਮ ਸਾਡਾ ਦੂਜਾ ਇਹ ਵੀ ਆਪਾਂ ਵਾਸ਼ਰੂਮ ਯੂਜ਼ ਕਰੀਦਾ ਆ ਬਸ ਬਸ ਉਹ ਲੱਗਾ ਆਪਣਾ ਗੀਜ਼ਰ ਗੀਜ਼ਰ ਕਿਤਾ ਗੀਜ਼ਰ ਗੀਜ਼ਰ ਨਹੀਂ ਆਪਾਂ ਪੰਜਾਬੀ ਆ ਫਿਰ ਗੀਜ਼ਰ ਹੀ ਕਹਿੰਦਾ ਆ ਵਾਲਾ ਤਾਂ ਅੰਦਰ ਤੋਂ ਹੋਣਾ ਚਾਹੀਦਾ ਆ ਆਪਣਾ ਸੈਕਿੰਡ ਤੇ ਇਹਦੇ ਚ ਮੇਰਾ ਸਮਾਨ ਪਿਆ ਹੋਇਆ ਸਾਰਾ ਹਾਂ ਸ਼ਾਮ ਤੋਂ ਦੇਖੋ ਮੈਂ ਨਹੀਂ ਨਾ ਮੂੰਹ ਤਾਂ ਲਾਉਂਦੇ ਜਿੰਨਾ ਸ਼ਾਮ ਦਾ ਫੇਸ ਵਾਸ਼ ਪਏ ਹੋਏ ਆ ਮੇਰਾ ਜਸਟ ਆਹੀ ਹੈ ਇੱਕ ਹੋਰ ਚੀਜ਼ ਬਈ ਮੈਂ ਖਵਾਉਂਦਾ ਤੁਹਾਨੂੰ ਪੇਟੀਐਮ ਕਰੋ 1 ਰੁਪਏ ਦੇ ਵਿੱਚ ਆਹੀ ਚਲੋ ਜੀ ਇਹ ਆਪਣਾ ਛੋਟਾ ਜਿਹਾ ਸਾਰੇ ਜਿਹੜੇ ਕਹਿੰਦੇ ਸੀ ਹੋਮ ਟੂਰ ਦੇ ਦੋ ਹੋਮ ਟੂਰ ਦੇ ਦੋ ਹੋਮ ਟੂਰ ਦੇ ਦੋ ਆਪਾਂ ਦੇ ਦਿੱਤਾ ਇਹ ਸਾਡਾ ਛੋਟਾ ਜਿਹਾ ਘਰ ਹੈ ਜੀ ਇਹ ਸਾਡਾ ਛੋਟਾ ਜਿਹਾ ਘਰ ਇੱਕ ਹੋਰ ਚੀਜ਼ ਰਹਿ ਗਈ ਮੇਨ ਜੇ ਤੋ ਸਾਰਾ ਕੁਝ ਹੁੰਦਾ ਆ ਦੇ ਵਾਈਫਾਈ ਵਾਈਫਾਈ ਹਾਂ ਜਿਸ ਤੋਂ ਤੁਸੀਂ ਸਾਡ ਨੂੰ ਸਾਰੇ ਜਾਣੇ ਜਾਣਦੇ ਪਏ ਇਸ ਟਾਈਮ ਇੰਟਰਨੈਟ ਸਾਡਾ ਸਾਧਨ ਸਾਧਨ ਕੀ ਕਹਿੰਦੇ ਸਾਧਨ ਆ ਸਾਡਾ ਹੋਰ ਕੀ ਸਾਧਨ ਹੀ ਆ ਆ ਸਾਡਾ ਛੋਟਾ ਜਿਹਾ ਏਸੀ ਆ ਡੇਟ ਆਂਦਾ ਤੇ ਬਟ ਇਹਨਾਂ ਨਾਲ ਬਹੁਤ ਵਧੀਆ ਹੋ ਰਿਹਾ ਸਾਡਾ ਏਸੀ ਬਹੁਤ ਕਮਾਲ ਦਾ ਆ ਹੋਰ ਕੀ ਕੂਲਿੰਗ ਵਧੀਆ ਹੋ ਜਾਂਦੀ ਸਾਰੀ ਲੌਬੀ ਜਾਨ ਘੈਂਟ ਕੂਲਿੰਗ ਹੋ ਜਾਂਦੀ ਆ ਉੱਤੇ ਲਾਈਟਸ ਵਗੈਰਾ ਲੱਗੀਆਂ ਹੋਈਆਂ लाइटा लुटा लगिया हुई बस आ चीजा है सारा कुछ बस फॉल सीलिंग हुई है माड़ी मोटी ठीक है जैविका तुम भी बोलो क्या जब चैनल सॉरी होम ट्यूटोरियल लगा चैनल करो सब्सक्राइब तो जल्दी जल्दी साडे कर दो 1 लाख हाँ थोड़े रह गए कर दो हम छे दिन 9000 रह गए सब्सक्राइबर साडे हाथ विच भी वो आऊगा सिल्वर प्ले बटन किदा हो जाऊगा ना हाय हाय